ਗੁਰਮੁਖ ਪਿਆਰਿਓ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਸੰਗਤ ਜੀ ਆਪਾਂ ਕੁਝ ਬੇਨਤੀਆਂ ਸਾਂਝੀਆਂ ਕਰਾਂਗੇ ਜਿਸ ਤਰ੍ਹਾਂ ਕਿ ਜੇਲ੍ਹ ਕੱਟ ਕੇ ਆਇਆ ਭਾਈ ਬਰਜਿੰਦਰ ਸਿੰਘ ਪਰਵਾਨਾ ਤੇ ਉਸਨੇ ਅਮਰਤਪਾਲ ਸਿੰਘ ਬਾਰੇ ਕੁਝ ਖਾਸ ਗੱਲਾਂ ਕਹੀਆਂ ਨੇ ਤੇ ਮੈਂ ਬੇਨਤੀਆਂ ਕੁਝ ਨਾਲ ਦੀ ਨਾਲ ਕਰਦੇ ਜਾਵਾਂਗੇ ਆਪਾਂ ਸੰਗਤੀ ਰੂਪ ਦੇ ਵਿੱਚ ਸਾਰੇ ਜਣੇ ਨਾਲ ਜੁੜੇ ਰਹੋ ਫਤਿਹ ਬਲਾਓ ਆਪਾਂ ਅਰੰਭਤਾ ਕਰੀਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖ ਪਿਆਰਿਓ ਤੁਹਾਨੂੰ ਪਤਾ ਹੀ ਹੈ ਕਿ 29 ਅਪ੍ਰੈਲ 2022 ਨੂੰ ਜੋ ਪਟਿਆਲੇ ਦੇ ਵਿੱਚ ਘਟਨਾ ਵਾਪਰੀ ਸੀ ਜੋ ਪਟਿਆਲੇ ਦੇ ਵਿੱਚ ਕਾਂਡ ਵਾਪਰਿਆ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੈਸੇ ਤੇ ਬਹੁਤਾ ਦੱਸਣ ਦੀ ਲੋੜ ਹੈ ਨਹੀਂ ਤੁਸੀਂ ਸਾਰੇ ਸਮਝ ਗਏ ਸਮਝ ਹੀ ਗਏ ਹੋਗੇ ਲਗਭਗ ਪਟਿਆਲੇ ਦੇ ਵਿੱਚ ਜੋ ਹੋਇਆ ਸੀ ਪਟਿਆਲੇ ਜੋ ਘਟਨਾ ਵਾਪਰੀ ਸੀ ਉਹ ਇੱਕ ਖਾਸ ਚੀਜ਼ ਨੂੰ ਲੈ ਕੇ ਵਾਪਰੀ ਸੀ ਕੁਝ ਜਿਹੜੇ ਹਿੰਦੂ ਨੇਤਾ ਸੀ ਸਿਪਾਹੀ ਸੈਨਾ ਵਾਲੇ ਜਿਨ੍ਹਾਂ ਨੇ ਖਾਲਿਸਤਾਨ ਮਰਦਾਵਾਦ ਦੇ ਨਾਅਰੇ ਲਾਉਣੇ ਸੀ ਤੇ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਪੁਤਲਾ ਫੂਕਣਾ ਸੀ ਤੇ ਉਸ ਚੀਜ਼ ਨੂੰ ਰੋਕਣ ਦੇ ਲਈ ਗੁਰਸਿੱਖਾਂ ਦਾ ਕਾਫਲਾ ਗਿਆ ਸੀ ਪ੍ਰਸ਼ਾਸਨ ਨੂੰ ਮੰਗਾ ਕੀਤੀਆਂ ਵਾਰ-ਵਾਰ ਗਿਆ ਕਿ ਭਾਈ ਇਹਨਾਂ ਨੂੰ ਹਟਾਓ ਇਹ ਮਾਹੌਲ ਖਰਾਬ ਕਰ ਰਹੇ ਨੇ ਕਿਉਂਕਿ ਸਾਡੇ ਧਰਮ ਨੂੰ ਬੁਰਾ ਬੋਲਣਗੇ ਸਾਨੂੰ ਮਾੜਾ ਕਹਿਣਗੇ ਤਾਂ ਫਿਰ ਸਾਨੂੰ ਜਵਾਬ ਕਰਨਾ ਪਊਗਾ ਕਾਰਵਾਈ ਕਰਨੀ ਪਊਗੀ ਤੁਸੀਂ ਕਰੋ ਇਹਨਾਂ ਨੂੰ ਰੋਕੋ ਅਸੀਂ ਤਾਂ ਉਥੇ ਜਾਵਾਂਗੇ ਨਹੀਂ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਲਗ ਲਗ ਪਿੰਡਾਂ ਦੇ ਵਿੱਚ ਉਹ ਜੱਥੇ ਬਣ ਕੇ ਇਕੱਠੇ ਹੋ ਗਏ ਉਥੇ ਗਏ ਉਹਨਾਂ ਦਾ ਵਿਰੋਧ ਕੀਤਾ ਮਾੜੀ ਮੋਟੀ ਝੜਪੋਈ ਉਹਨਾਂ ਦੇ ਵਿੱਚ ਡਾਕਟਰ ਨਾਨਕ ਸਿੰਘ ਉਸ ਵੇਲੇ ਐਸਐਸਪੀਸੀ ਪਟਿਆਲਾ ਤੇ ਚਲੋ ਜੋ ਹੋਇਆ ਹੋਇਆ ਪਰ ਮਾਸਟਰ ਮਾਈਂਡ ਗਰੀ ਦਾ ਜਿਹੜਾ ਪਰਚਾ ਸੀ ਪਾਇਆ ਗਿਆ ਤੇ ਭਾਈ ਬਰਜਿੰਦਰ ਸਿੰਘ ਪਰਵਾਨਾ ਨੂੰ ਅੰਦਰ ਕਰ ਦਿੱਤਾ ਗਿਆ ਕੁਝ ਹੋਰ ਲੋਕ ਵੀ ਅੰਦਰ ਹੋਏ ਚਲੋ ਹੋ ਗਿਆ ਸਾਰਾ ਕੁਝ ਮਿਟ ਗਿਆ ਤੇ ਮੈਂ ਬੇਨਤੀ ਕਰ ਰਿਹਾ ਸੀ ਕਿ ਬਲਜਿੰਦਰ ਸਿੰਘ ਪਰਵਾਨਾ ਜਿਹੜੇ ਜੇਲ੍ਹ ਕੱਟ ਕੇ ਆਏ ਨੇ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਨੇ ਜੀ ਬਲਜਿੰਦਰ ਸਿੰਘ ਪਰਵਾਨਾ ਨਹੀਂ ਹੈਗਾ ਉਰੇ ਤੇ ਅਮਰਤਪਾਲ ਸਿੰਘ ਉੱਡਿਆ ਫਿਰਦਾ ਹੈ ਬਲਜਿੰਦਰ ਸਿੰਘ ਪਰਵਾਨਾ ਆਊਗਾ ਤੇ ਅਮਰਤਪਾਲ ਨੂੰ ਦੱਸੂਗਾ ਜੀ ਕੀ ਭਾਵ ਵਿਖਦੀ ਐ ਬਲਜਿੰਦਰ ਸਿੰਘ ਪਰਵਾਨਾ ਦੱਸੂਗਾ ਜੀ ਅਮਰਤਪਾਲ ਨੂੰ ਕਿ ਪੰਥ ਦਾ ਅਸਲ ਮੁਖੀ ਕੌਣ ਐ ਲੋਕਾਂ ਦੇ ਵੱਲੋਂ ਇਦਾਂ ਨਾ ਨਫ਼ਰਤ ਫਲਾਈ ਜਾ ਰਹੀ ਸੀ ਸੋਸ਼ਲ ਮੀਡੀਆ ਤੇ ਕਾਫੀ ਗੱਲਾਂ ਬਾਤਾਂ ਕੀਤੀਆਂ ਗਈਆਂ ਕਾਫੀ ਤਰ੍ਹਾਂ ਦੀਆਂ ਵਿਚਾਰਾ ਹੋਈਆਂ ਕਾਫੀ ਤਰ੍ਹਾਂ ਦੀਆਂ ਅਲਗ-ਅਲਗ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਹੋਈਆਂ ਨੇ ਅਲਗ-ਅਲਗ ਤਰ੍ਹਾਂ ਦੀਆਂ ਵਿਚਾਰਾਂ ਜਿਹੜੀਆਂ ਚੱਲੀਆਂ ਨੇ ਅਲਗ-ਅਲਗ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਸਾਹਮਣੇ ਆ ਜਾਂਦੀ ਗੁਰਮਖੋ ਮੈਂ ਕਈ ਵਾਰੀ ਬੇਨਤੀਆਂ ਕੀਤੀਆਂ ਤੇ ਉਸ ਘਟਨਾ ਦੇ ਬਾਰੇ ਵਾਰ-ਵਾਰ ਜ਼ਿਕਰ ਹੋਇਆ ਵਾਰ-ਵਾਰ ਗੱਲਾਂ ਕਹੀਆਂ ਗਈਆਂ ਤੇ ਬਲਜਿੰਦਰ ਸਿੰਘ ਪ੍ਰਵਾਨੇ ਨੂੰ ਕਿਹਾ ਗਿਆ ਸੀ ਕਿ ਕਹਿੰਦੇ ਜੇਲ੍ਹ ਦੇ ਵਿੱਚ ਆ ਜਦੋਂ ਬਾਹਰ ਆ ਗਿਆ ਅਮਰਤਪਾਲ ਸਿੰਘ ਨੂੰ ਉਹ ਪਰਵਾਨ ਨਹੀਂ ਕਰਨਗੇ ਦੇਖੋ ਹੁਣ ਅਮਰਤਪਾਲ ਦੀ ਗੱਲ ਆ ਗਈ ਜੀ ਵਿੱਚ ਵਿਚਾਲੇ ਤੇ ਜਦੋਂ ਬਰਜਿੰਦਰ ਸਿੰਘ ਪ੍ਰਵਾਨਾ ਛੁੱਟ ਕੇ ਆਏ ਤੇ ਉਹ ਪਤਾ ਤਾਂ ਹੁਣ ਅੰਦਰ ਵੀ ਲੱਗ ਹੀ ਜਾਂਦਾ ਹੈ ਖਬਰ ਹੁੰਦਾ ਕਿ ਭਾਈ ਬਾਹਰ ਕੀ ਲਹਿਰ ਚੱਲ ਰਹੀ ਹੈ ਤੇ ਸਾਰਿਆਂ ਨੂੰ ਇੰਜ ਸੀ ਵੀ ਉਹ ਵਿਰੋਧ ਕਰਨਗੇ ਪਰ ਉਹਨਾਂ ਨੇ ਵਿਰੋਧ ਨਹੀਂ ਕੀਤਾ ਪਟਿਆਲੇ ਵਾਲੀ ਘਟਨਾ ਦੇ ਵਿੱਚ ਅੰਦਰ ਸੀ ਬਲਜਿੰਦਰ ਸਿੰਘ ਪਰਵਾਨਾ ਰਿਹਾ ਹੋਏ ਤੇ ਉਹਨਾਂ ਨੇ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਗੱਲ ਕਹੀ ਹੈ ਕਹਿੰਦੇ ਬਹੁਤ ਚੰਗਾ ਜੋ ਗੱਲ ਕੀਤੀ ਜਾ ਰਹੀ ਹੈ ਅਮਰਤਪਾਲ ਸਿੰਘ ਖਾਲਸਾ ਪਿੰਡ ਦੇ ਵਿੱਚ ਜਾ ਰਹੇ ਨੇ ਪਿੰਡਾਂ ਪਿੰਡਾਂ ਦੇ ਵਿੱਚ ਜਾ ਰਹੇ ਨੇ ਨੌਜਵਾਨੀ ਨੂੰ ਜਗਾ ਰਹੇ ਨੇ ਵਾਪਸ ਲੈ ਕੇ ਆਉਣ ਦੀ ਗੱਲ ਕਰ ਰਹੇ ਨੇ ਕਹਿੰਦੇ ਬੜਾ ਚੰਗਾ ਉਪਰਾਲਾ ਆ ਕਰਨਾ ਚਾਹੀਦਾ ਸਾਰਿਆਂ ਨੂੰ ਨਾਲ ਜੁੜਨਾ ਚਾਹੀਦਾ ਹੈ ਇਹਦੇ ਇਸ ਉਪਰਾਲੇ ਦੇ ਨਾਲ ਜਦੋਂ ਸਾਰੇ ਜੁੜਨਗੇ ਤਾਂ ਗੱਲਬਾਤ ਬਣ ਜੂਗੀ ਇਸ ਉਪਰਾਲੇ ਦੇ ਨਾਲ ਜਦੋਂ ਸਾਰੇ ਜੁੜੇ ਰਹਿਣਗੇ ਤਾਂ ਗੱਲਾਂ ਬਾਤਾਂ ਵਧੀਆ ਬਣ ਜਾਣਗੀਆਂ ਸਾਰੀਆਂ ਤਾਂ ਸਾਰਿਆਂ ਨੂੰ ਨਾਲ ਜੁੜਨਾ ਚਾਹੀਦਾ ਹੈ ਵਧੀਆ ਗੱਲ ਕੀਤੀ ਹੈ ਉਹਨਾਂ ਨੇ ਹੱਕ ਦੀ ਗੱਲ ਕੀਤੀ ਹੈ ਬਹੁਤ ਸੋਹਣਾ ਪ੍ਰੋਸੀਜਰ ਹੈ ਬਹੁਤ ਸੋਹਣੀ ਗੱਲ ਕਹੀ ਹੈ ਸਾਨੂੰ ਵੀ ਨਾਲ ਜੁੜਨਾ ਚਾਹੀਦਾ ਹੈ ਅਸੀਂ ਵੀ ਜੁੜੀਏ ਉਹਨਾਂ ਨੇ ਸੰਗਤ ਨੂੰ ਵੀ ਅਪੀਲ ਕੀਤੀ ਕਿ ਭਾਈ ਤੁਸੀਂ ਵੀ ਨਾਲ ਜੁੜੋ ਪਰ ਉਹਨਾਂ ਲੋਕਾਂ ਦੇ ਮੂੰਹ ਤੇ ਕਰਾਰੀ ਚਪੇੜ ਮਾਰ ਦਿੱਤੀ ਜਿਹੜੇ ਕਹਿੰਦੇ ਸੀ ਕਿ ਅਮਰਤਪਾਲ ਸਿੰਘ ਨੂੰ ਤਾਂ ਬਰਜਿੰਦਰ ਪਰਵਾਨਾ ਪਰਵਾਨ ਨਹੀਂ ਕਰੇਗਾ ਉਹ ਕਹਿੰਦੇ ਉਹ ਤਾਂ ਆਪ ਖੁਦ ਨੁਮਾਇੰਦਾ ਬਣਨਾ ਚਾਹੁੰਦਾ ਹੈ ਉਹ ਤਾਂ ਆਪ ਅੱਗੇ ਲੱਗਣਾ ਚਾਹੁੰਦਾ ਤੇ ਉਹ ਤਾਂ ਕਦੇ ਪੰਥ ਦੇ ਇਸ ਬੰਦੇ ਨੂੰ ਕਦੇ ਪ੍ਰਵਾਨ ਨਹੀਂ ਕਰੇਗਾ ਜੀ ਉਹ ਇਹਦਾ ਵਿਰੋਧ ਕਰੇਗਾ ਜੀ ਐਂ ਕਰੇਗਾ ਜੀ ਉਹ ਗੱਲਾਂ ਸਾਰੀਆਂ ਨਕਾਰ ਦਿੱਤੀਆਂ ਗੀਆਂ ਦੇਖੋ ਮੈਂ ਕਈ ਵਾਰੀ ਬੇਨਤੀਆਂ ਕੀਤੀਆਂ ਨੇ ਅਸੀਂ ਸੋਚਦੇ ਕੁਝ ਹੋਰ ਹੁੰਦਾ ਬਣਦਾ ਕੁਝ ਹੋਰ ਹੈ ਤੇ ਇਹ ਉਹ ਲੋਕ ਸੀ ਜਿਹੜੇ ਨਾ ਹੀ ਤਾਂ ਆਪ ਅੱਗੇ ਹੁਣ ਤੱਕ ਤੁਰੇ ਨੇ ਤੇ ਨਾ ਹੀ ਕਿਸੇ ਨੂੰ ਤੁਰਦੇ ਨੂੰ ਇਹ ਲੋਕ ਪ੍ਰਵਾਨ ਕਰ ਰਹੇ ਨੇ ਇਹ ਲੋਕ ਕਸਮਾਨ ਪਵਾ ਕੇ ਰਾਜੀ ਨੇ ਕੁੰਡੀਆਂ ਪੜਾ ਕੇ ਰਾਜੀ ਨੇ ਵੀ ਲੋਕ ਲੜਨਗੇ ਇਹ ਲੜਨਗੇ ਤਾਂ ਅਸੀਂ ਬੈਠ ਕੇ ਸਵਾਦ ਲਵਾਂਗੇ ਇਹ ਉਹ ਲੋਕ ਨੇ ਇਹ ਲੜਨਗੇ ਤਾਂ ਅਸੀਂ ਸਵਾਦ ਲਵਾਂਗੇ ਇਹ ਲੜਨਗੇ ਤਾਂ ਸਾਨੂੰ ਫਾਇਦਾ ਹੋਏਗਾ ਤੇ ਖਾਲਸਾ ਵਹੀਰ ਰੁਕ ਜਾਏਗਾ ਇਹ ਹੋ ਜਾਊਗਾ ਫਲਾਣਾ ਹੋ ਜਾਊਗਾ ਸਾਨੂੰ ਸ਼ਾਇਦ ਪਤਾ ਨਹੀਂ ਵਿੱਚੋਂ ਕੀ ਮਿਲ ਜਾਣਾ ਇਹ ਉਹ ਲੋਕ ਨੇ ਜਿਹੜੇ ਅਜਹੀਆਂ ਗੱਲਾਂ ਬਾਤਾਂ ਕਰਦੇ ਪੈ ਨੇ ਪਿਆਰਿਓ ਸਾਨੂੰ ਸਮਝਣਾ ਚਾਹੀਦਾ ਸਾਨੂੰ ਵਿਚਾਰਨਾ ਚਾਹੀਦਾ ਕੁਝ ਗੱਲਾਂ ਸਾਨੂੰ ਕਰਨੀਆਂ ਚਾਹੀਦੀਆਂ ਨੇ ਪਰ ਅਸਲ ਦੇ ਵਿੱਚ ਕੁਝ ਗੱਲਾਂ ਸਾਨੂੰ ਨਾ ਹੀ ਕਰਨੀਆਂ ਠੀਕ ਨੇ ਵੀ ਅਸੀਂ ਨਾ ਕਰੀਏ ਤਾਂ ਚੰਗੀਆਂ ਰਹਿਣਗੀਆਂ ਨਹੀਂ ਜੇ ਕਰਾਂਗੇ ਤਾਂ ਬਹੁਤ ਮੁਸ਼ਕਲ ਹੋ ਜਾਊਗੀ ਬਹੁਤ ਮੁਸ਼ਕਲ ਹੋ ਜਾਣੀ ਹੈ ਜੇ ਅਸੀਂ ਗੱਲਾਂ ਨੂੰ ਵਾਰ-ਵਾਰ ਦੁਹਰਾਵਾਂਗੇ ਉਹਨਾਂ ਗੱਲਾਂ ਨੂੰ ਵਾਰ-ਵਾਰ ਕਰਾਂਗੇ ਤੇ ਬੜੀ ਮੁਸ਼ਕਲ ਹੋ ਜਾਣੀ ਹੈ ਗੁਰਮਖੋ ਨਹੀਂ ਕਰਨੀਆਂ ਚਾਹੀਦੀਆਂ ਕਈ ਵਾਰੀ ਆਪਾਂ ਜਾਣੇ ਅਣਜਾਣੇ ਦੇ ਵਿੱਚ ਗੱਲਾਂ ਕਰ ਜਾਂਦੇ ਆਂ ਕਈ ਵਾਰੀ ਆਪਾਂ ਕੁਝ ਗੱਲਾਂ ਜੜੀਆਂ ਕੁਝ ਹੱਦ ਤੱਕ ਕਰ ਜਾਂਦੇ ਆਂ ਪਰ ਉਹਨਾਂ ਗੱਲਾਂ ਦੇ ਸਿੱਟੇ ਜਿਹੜੇ ਨੇ ਬਹੁਤ ਦੁੱਖ ਦਿੰਦੇ ਨੇ ਉਹਨਾਂ ਗੱਲਾਂ ਦੇ ਸਿੱਟੇ ਸਾਨੂੰ ਬਹੁਤ ਜ਼ਿਆਦਾ ਦੁੱਖ ਦਿੰਦੇ ਨੇ ਇਸ ਕਰਕੇ ਨਹੀਂ ਕਰਨੀਆਂ ਚਾਹੀਦੀਆਂ ਤੇ ਆਪਾਂ ਆਪਸ ਦੇ ਵਿੱਚ ਪਿਆਰ ਰੱਖੀਏ ਲੜਕੇ ਕੀ ਕੱਢਾਂਗੇ ਮੈਨੂੰ ਇਹ ਸਮਝ ਨਹੀਂ ਆ ਰਿਹਾ ਲੜਕੇ ਅਸੀਂ ਕੀ ਕੱਢਣਾ ਚਾਹੁੰਨੇ ਆ ਲੜਕੇ ਸਾਨੂੰ ਕੀ ਪ੍ਰਾਪਤ ਹੋ ਜਾਊਗਾ ਲੜਕੇ ਅਸੀਂ ਕਿਸੇ ਨਾਲ ਕੀ ਕਰ ਲਾਂਗੇ ਜਾਂ ਅਸੀਂ ਆਪਣਾ ਕੁਝ ਬਣਾ ਲਾਂਗੇ ਜਾਂ ਅਸੀਂ ਕਿਸੇ ਦਾ ਕੁਝ ਵਿਗਾੜ ਦਾਂਗੇ ਇਹ ਗੱਲ ਦਿਮਾਗ ਚੋਂ ਕੱਢ ਦਿਓ ਅਸੀਂ ਜਿੰਨਾ ਚਿਰ ਜੁੜੇ ਰਵਾਂਗੇ ਯਾਦ ਰੱਖਿਓ ਉਹਨਾਂ ਚਿਰ ਸਾਡਾ ਭਲਾ ਆ ਜਿੰਨਾ ਚਿਰ ਅਸੀਂ ਦੁਨੀਆਂ ਤੋਂ ਟੁੱਟਣ ਦੀ ਕੋਸ਼ਿਸ਼ ਕਰਕੇ ਖੁਦ ਬਣਨ ਦੀ ਕੋਸ਼ਿਸ਼ ਕਰਾਂਗੇ ਯਾਦ ਰੱਖਿਓ ਕੱਖ ਨਹੀਂ ਬਣਨਾ ਤੁਹਾਡਾ ਕੱਖ ਨਹੀਂ ਬਣਨਾ ਜੀ ਤੁਹਾਡਾ ਕਈ ਬੰਦੇ ਈਗੋ ਦੇ ਵਿੱਚ ਹੀ ਚਲੇ ਜਾਂਦੇ ਨੇ ਕਈ ਬੰਦਿਆਂ ਦੀ ਮੱਤ ਜਿਹੜੀ ਹੈ ਉਹ ਇੱਥੋਂ ਤੱਕ ਹੀ ਸੀਮਤ ਹੁੰਦੀ ਹੈ ਵੀ ਆਪਾਂ ਕੁਝ ਬਣਾਉਣਾ ਨਹੀਂ ਤੇ ਦੂਜੇ ਦਾ ਬਣ ਨਹੀਂ ਦੇਣਾ ਤੇ ਇਹਨਾਂ ਗੱਲਾਂ ਕਰਕੇ ਹੀ ਉਹ ਬੰਦੇ ਫੇਲ ਹੋ ਜਾਂਦੇ ਨੇ ਮੈਂ ਫੇਲ ਹੁੰਦੇ ਵੇਖਿਆ ਅੱਜ ਸਿੱਖ ਪੰਥ ਨੂੰ ਢਾਹ ਲਾਉਣ ਵਾਲੇ ਬੜੇ ਜੰਮੇ ਹੋਇਆ ਸਿੱਖ ਪੰਥ ਨੂੰ ਖਤਮ ਕਰਨ ਵਾਲੇ ਬੜੇ ਨੇ ਪਰ ਯਾਦ ਰੱਖਿਓ ਸਿੱਖ ਪੰਥ ਦੀ ਚੜ੍ਹਦੀ ਕਲਾ ਦੇ ਲਈ ਅਰਦਾਸ ਕੋਈ ਕੋਈ ਕਰਦੇ ਜੀ ਕੋਈ ਕੋਈ ਕਹਿੰਦਾ ਵੀ ਪੰਥ ਦੀ ਚੜ੍ਹਦੀ ਕਲਾ ਹੋ ਜਾਵੇ ਕੋਈ ਕੋਈ ਕਹਿੰਦਾ ਕਿ ਸਤਿਗੁਰੂ ਤੇਰੇ ਪੰਥ ਦੀ ਗੂੰਜ ਪੈਂਦੀ ਰਹੇ ਚੜ੍ਹਦੀ ਕਲਾ ਰਹੇ ਸਤਿਗੁਰੂ ਤੇਰਾ ਪੰਥ ਚੜ੍ਹਦੀ ਕਲਾ ਵਿੱਚ ਰਹੇ ਕੋਈ ਕੋਈ ਕਹਿੰਦਾ ਸਾਰੇ ਨਹੀਂ ਕਹਿੰਦੇ ਕੋਈ ਕੋਈ ਕਹਿੰਦਾ ਸਾਰੇ ਨਹੀਂ ਕਹਿੰਦੇ ਗੁਰਮਖੋ ਅਸਲ ਦੇ ਵਿੱਚ ਮੈਂ ਕਈ ਵਾਰ ਗੱਲਾਂ ਮਾਤਾ ਸਾਂਝੀਆਂ ਕੀਤੀਆਂ ਨੇ ਕਈ ਵਾਰੀ ਉਹਨਾਂ ਸਾਰੀਆਂ ਗੱਲਾਂ ਨੂੰ ਵਿਚਾਰਿਆ ਵੀ ਹੈ ਅਸੀਂ ਗੁਰੂ ਮਹਾਰਾਜ ਦੇ ਬਖਸ਼ੇ ਹੋਏ ਇਸ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ ਕਰੀਏ ਸਰਵਤ ਦੇ ਭਲੇ ਲਈ ਅਰਦਾਸ ਕਰੀਏ ਸਰਵਤ ਸਾਰੇ ਆ ਜਾਂਦੇ ਨੇ ਸਰਵਤ ਦੇ ਵਿੱਚ ਸਾਰੇ ਜਣੇ ਲਗਾਤਾਰ ਜੁੜੇ ਰਹੀਏ ਤੇ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਮਾਣ ਮਿਲਦਾ ਰਹੇਗਾ ਪਿਆਰਿਓ ਸਾਨੂੰ ਇਹਨਾਂ ਚੀਜ਼ਾਂ ਦੇ ਨਾਲ ਜੁੜਨਾ ਚਾਹੀਦਾ ਸਾਰੇ ਜਣੇ ਆਪਾਂ ਇਹ ਕੰਮ ਜ਼ਰੂਰ ਕਰੀਏ ਮਨ ਵਿੱਚੋਂ ਈਰਖਾ ਦੁਆਇਸ਼ ਈਗੋਆ ਮਿਟਾ ਕੇ ਪੰਥ ਦੇ ਵਿੱਚ ਆਈਏ ਤੇ ਸਾਰੇ ਜਣੇ ਸਿੱਖੀ ਦੀ ਚੜ੍ਹਦੀ ਕਲਾ ਦੀ ਕਾਮਨਾ ਕਰੀਏ ਹਰ ਪੰਥ ਹਰ ਧਰਮ ਹਰ ਵਰਗ ਹਰ ਖੇਤਰ ਦੀ ਆਪਾਂ ਜੜੀਏ ਇੱਜ਼ਤ ਕਰੀਏ ਸਤਕਾਰ ਦਈਏ ਆਪੋ ਆਪਣੇ ਧਰਮਾਂ ਦੇ ਵਿੱਚ ਪ੍ਰਪੱਕ ਰਹੀਏ ਤੇ ਫਿਰ ਵੇਖਿਓ ਚੜ੍ਹਦੀ ਕਲਾ ਹੁੰਦੀ ਯਾਦ ਰੱਖਿਓ ਮੇਨੀਆਂ ਕੋ ਬੇਨਤੀਆਂ ਪਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ